ਮੈਂ ਸਰਤਾਜ ਚੰਦਰਪਾਲ ਪਿੰਡ ਪੱਟੀ ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਜੋ ਤੁਸੀਂ ਇਹ ਲੋਕ ਸਾਰਾ ਜਸ਼ਨ ਦੇਖ ਰਹੇ ਆ, ਇਹ ਡਾਕਟਰ ਰਾਜ ਕੁਮਾਰ ਦੀ ਜਿੱਤ ਦੀ ਖੁਸ਼ੀ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਅਤੇ ਅਸੀਂ ਸਾਰੇ ਇਲਾਕੇ ਨੂੰ ਪੂਰੇ ਹੁਸ਼ਿਆਰਪੁਰ ਨੂੰ ਮੈਂ ਮੁਬਾਰਕਬਾਦ ਦਿੰਦਾ ਵਾਂ। ਅੱਜ ਇਹਨਾਂ ਦੀ ਮਿਹਨਤ ਸਦਕਾ ਅੱਜ ਡਾਕਟਰ ਰਾਜ ਕੁਮਾਰ ਲਗਭਗ 40,000 ਵੋਟ ਤੋਂ ਜਿੱਤੇ ਆ। ਇਹ ਸਾਡੇ ਜਿੰਨੀ ਵੀ ਸਾਡੀ ਰੀੜ੍ਹ ਦੀ ਹੱਡੀ ਆ, ਜੋ ਸਾਡੀ ਪਾਰਟੀ ਦੇ ਵਰਕਰ ਸੀ, ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਡਾਕਟਰ ਸਾਹਿਬ ਨੂੰ ਅੱਜ ਜਿਤਾਇਆ ਵਾ, ਅਤੇ ਮੈਂ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਔਰ ਨਾਲੇ ਨਾਲ ਮੈਂ ਵੀ ਕਹੂੰਗਾ ਕਿ ਡਾਕਟਰ ਰਾਜ ਕੁਮਾਰ MLA ਹਲਕਾ ਚੱਬਿਆ ਸਾਹਿਬ ਇੱਕ ਬਹੁਤ ਹੀ ਕੋਹੇਨੂਰ ਹੀਰੇ ਆ, ਜਿਹੜਾ ਕਿ ਗਰੀਬਾਂ ਦਾ ਮਸੀਹਾ, ਕਿਸਾਨਾਂ ਦੇ ਨਾਲ ਕੰਧਾਂ ਨਾਲ ਕੰਧਾਂ ਚਲਾ ਕੇ ਪਿੰਡ ਦੇ ਵਿੱਚ ਡਿਵੈਲਪਮੈਂਟ ਜਿਹੜੇ ਉਹਨਾਂ ਨੇ ਕੰਮ ਕੀਤੇ ਆ, ਉਹ ਪਿੰਡ ਦੇ ਬਹੁਤ ਸਤਿਕਾਰਯੋਗ ਆ। ਅਤੇ ਅਸੀਂ ਡਾਕਟਰ ਰਾਜ ਕੁਮਾਰ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਸਦਕਾ ਔਰ ਸਾਡੀ ਵਰਕਰ ਕਮੇਟੀ ਦਾ ਵਰਕਰ ਜੋ ਹੈ ਕੀਤਾ। ਬਸ ਬਹੁਤ ਬਹੁਤ ਧੰਨਵਾਦ।